ਕਹਿੰਦਾ ਬੱਬੂ ਗੋਣ ਲੱਗੀ, ਬੱਬੂ ਪਾਲਾ ਨੀ ਰਾਤ ਇੱਥੇ ਰਿਹਾ ਕਿਤੇ। ਬੇਟੀ ਜਿਹੜੇ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀਗੇ? ਮੇਰੇ ਹਸਬੈਂਡ ਸੀਗੇ। ਕੀ ਨਾਮ ਸੀ ਉਹਨਾਂ ਦਾ? ਮਨਜੀਤ ਸਿੰਘ। ਕਿੰਨੀ ਕੁ ਉਮਰ ਸੀਗੀ? ਉਮਰ ਉਹਦੀ ਹੋਣੀ ਆ ਮੇਰੇ ਹਿਸਾਬ ਨਾਲ 45 ਕੁ ਸਾਲ ਤੱਕ ਹੋਣੀ, 45-46 ਸਾਲ ਤੱਕ। ਕੁਝ ਜਾਣਕਾਰੀ ਤੁਹਾਨੂੰ ਮਿਲੀ ਹੈ ਉਹਦਾ ਕਤਲ ਕਿਵੇਂ ਹੋਇਆ ਔਰ ਕਿਹਨਾਂ ਵੱਲੋਂ ਕੀਤਾ ਗਿਆ? ਨਹੀਂ ਮੈਨੂੰ ਨਹੀਂ ਇੰਨਾ ਅਜੇ ਪਤਾ ਲੱਗਾ। ਘਰ ਚ ਕਿਵੇਂ ਤੁਹਾਡੇ ਉਹਦਾ ਨਾਲ ਸੰਬੰਧ ਕਿੱਦਾਂ ਦੇ? ਕੋਈ ਕਲੇਸ਼ ਰਹਿੰਦਾ ਸੀਗਾ? ਮੇਰੇ ਨਾਲ ਹੀ ਲੜਿਆ ਸੀਗਾ, ਹੋਰ ਤਾਂ ਕੋਈ ਨਹੀਂ ਸੀ, ਮੈਨੂੰ ਹੀ ਲੜਦਾ ਸੀਗਾ। ਲੜਾਈ ਦੇ ਕੀ ਕਾਰਨ ਸੀਗੇ? ਲੜਾਈ ਦਾ ਇੱਦਾਂ ਨਸ਼ਾ ਪੱਤਾ ਕਰਕੇ ਲੜਦਾ ਸੀਗਾ, ਝਗੜਦਾ ਰਹਿੰਦਾ ਸੀਗਾ। ਪਰਿਵਾਰ ਨੂੰ ਕਿਸੇ 'ਤੇ ਸ਼ੱਕ ਆ? ਨਹੀਂ ਸ਼ੱਕ ਨਹੀਂ ਆ, ਪਰ ਇਹ ਆ ਮੈਨੇ ਜ਼ਿਆਦਾ ਮੈਨੇ ਲੜਦਾ ਸੀ, ਮੈਨੇ ਲੜ ਕੇ ਘਰੋਂ ਨਿਕਲ ਜਾਂਦਾ ਸੀਗਾ। ਨਹੀਂ ਉਹਨਾਂ ਦਾ ਕਤਲ ਹੋਇਆ ਵਾ, ਤੁਹਾਨੂੰ ਪਰਿਵਾਰ ਨੂੰ ਕਿਸੇ 'ਤੇ ਸ਼ੱਕ ਹੋਵੇ? ਨਹੀਂ ਮੈਨੂੰ ਤਾਂ ਨਹੀਂ, ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇਗਾ ਕਿਸੇ 'ਤੇ ਤਾਂ ਪਤਾ ਨਹੀਂ ਮੈਨੂੰ, ਕਿਉਂਕਿ ਜਿੱਥੋਂ ਤੱਕ ਮੈਨੂੰ ਆ ਮੈਨੇ ਲੜ ਕੇ ਗਿਆ ਵਾ, ਬਾਕੀ ਦਾ ਮੈਨੂੰ ਨਹੀਂ ਕੁਛ। ਤੁਹਾਡੇ ਕੋਲ ਕਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਫਲਾਣੇ ਬੰਦੇ ਤੋਂ ਡਰਿਆ? ਇੱਦਾਂ ਨਹੀਂ ਮੈਨੂੰ ਨਹੀਂ ਕਦੇ ਕਿਹਾ ਸੀ। ਤੁਹਾਨੂੰ ਅੱਜ ਕਿਵੇਂ ਪਤਾ ਲੱਗਾ? ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ, ਮੈਂ ਉੱਥੇ ਲੱਗੀ ਹੋਈ ਫਿਰ ਪੀਲੇ ਫੈਕਟਰੀ 'ਚ ਗਈ, ਮੈਨੂੰ ਉੱਥੇ ਫੋਨ ਗਿਆ ਵਾ ਵੀ ਇੱਦਾਂ ਇੱਦਾਂ ਕਰਕੇ ਕਾਲਾ ਵੜ ਦਿੱਤਾ ਵਾ, ਪਰ ਮੈਨੂੰ ਉੱਥੇ ਵੀ ਸੱਚਾਈ ਨਹੀਂ ਦੱਸੀ। ਉੱਥੋਂ ਮੈਨੂੰ ਉੱਦਾਂ ਹੀ ਕਿਹਾ ਕਿ ਇਕੱਲਿਆ ਵੀ ਠੀਕ ਨਹੀਂ ਗਾ, ਤੁਸੀਂ ਗੇਟ ਪਾਸ ਲਓ ਤਾਂ ਘਰੇ ਚੱਲ ਜਾਓ। ਪੁਲਿਸ ਤੋਂ ਕੀ ਮੰਗ ਕਰਦੇ ਆ? ਪੁਲਿਸ ਤੋਂ ਮੈਂ ਇਹੀ ਮੰਗ ਕਰਦੀ ਹਾਂ ਵੀ ਜੋ ਵੀ ਚਲੋ ਹੋਇਆ ਵਾ ਮਾਫ਼ ਕੀਤਾ ਜਾਵੇ, ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਹਾਂ, ਮੈਂ ਆਪਣੇ ਕੰਮ ਕਰਕੇ ਬੱਚੇ ਪਾਲਦੀ ਹਾਂ, ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਣ। ਨਹੀਂ ਜੇ ਤੁਹਾਡਾ ਕੋਈ ਦੋਸ਼ ਹੀ ਨਹੀਂ ਗੇ ਫਿਰ ਤੁਸੀਂ ਮਾਫ਼ੀ ਕਿਸ ਗੱਲ ਦੀ ਮੰਗਦੇ ਹੋ? ਕਿਉਂਕਿ ਮੈਨੂੰ ਪਤਾ ਵਾ ਨਾ, ਫਿਰ ਵੀ ਤੁਹਾਨੂੰ ਪਤਾ ਆ ਜਦੋਂ ਗੱਲ ਝੂਠੀਆਂ ਸੱਚੀਆਂ ਗੱਲਾਂ ਕਈ ਜੜ ਕੇ ਤਾਂ ਫਿਰ ਵੀ ਫਸਾ ਹੀ ਦਿੰਦੇ ਆ। ਨਹੀਂ ਇਵੇਂ ਪੁਲਿਸ ਕਿਸੇ ਨਾਲ ਧੱਕਾ ਨਹੀਂ ਕਰਦੀ, ਜੇਕਰ ਤੁਸੀਂ ਤੁਹਾਡੇ ਕਿਸੇ 'ਤੇ ਸ਼ੱਕ ਹੈ ਤਾਂ ਤੁਸੀਂ ਉਸਦਾ ਨਾਂ ਜਿਹੜਾ ਪੁਲਿਸ ਨੂੰ ਦੱਸ ਸਕਦੇ ਹੋ? ਨਹੀਂ ਮੈਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ। ਠੀਕ ਹੈ। ਨੌਜਵਾਨ ਕੋਈ ਕਰੀਬ ਉਮਰ ਕਰੀਬ 40 ਸਾਲ ਉਹਦੀ ਡੈੱਡ ਬੋਡੀ ਪਈ ਹੈ, ਜਿਸ 'ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚਿਆ, ਜਿਸ 'ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨ, ਉਹ ਗੁਰਨਾਮ ਸਿੰਘ ਜਿਹੜਾ ਪਿੰਡ ਨੂਰਪੁਰ ਜਨੂਆ ਉੱਥੋਂ ਦਾ ਰਹਿਣ ਵਾਲਾ, ਇਹਦੇ ਸਰੀਰ 'ਤੇ ਕਾਫੀ ਸੱਟਾਂ ਵੱਜੀਆਂ ਨੇ, ਲੱਗਦਾ ਜਿਵੇਂ ਕਿਸੇ ਨੇ ਕਤਲ ਕੀਤਾ, ਅਤੇ ਅਸੀਂ ਇਹਦਾ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਵੱਖ ਵੱਖ ਧਾਰਾਵਾਂ ਤਹਿਤ ਬਣਦੀ ਜਿਹੜੀ FIR ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਅਤੇ ਤਫਤੀਸ਼ ਕਰਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਊਗਾ। ਕਤਲ ਦੇ ਕਾਰਨ ਕੋਈ ਸਾਹਮਣੇ ਆਏ? ਦੇਖੋ ਹਾਲੇ ਇਹਦੀ ਤਫਤੀਸ਼ ਜਾਰੀ ਹੈ, ਉਹ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਕੇ ਅਗਲੀ ਕਾਰਵਾਈ ਕਰਾਂਗੇ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।